ਐਮਪੀ ਸਾਹਿਬ ਕਿਵੇਂ ਦੇਖਦੇ ਹੋ? ਬੜੀ ਖੁਸ਼ੀ ਹੈ ਕਿ ਇਸ ਵੇਲੇ ਫਾਈਨਲ ਦੇ ਵਿੱਚ ਹੁਣ ਮੁਕਾਬਲਾ ਸਾਊਥ ਅਫਰੀਕਾ ਦੇ ਨਾਲ, ਇੰਗਲੈਂਡ ਹਰਾਤੀ, ਆਸਟ੍ਰੇਲੀਆ ਹਰਾਤੀ, ਬਦਲਾ ਲੈ ਲਿੱਤਾ ਹੁਣ ਸਾਊਥ ਅਫਰੀਕਾ ਨਾਲ ਮੁਕਾਬਲਾ। ਦੇਖੋ ਸਾਨੂੰ ਸਾਰੇ ਭਾਰਤੀਆਂ ਨੂੰ, ਕਿਉਂਕਿ ਕ੍ਰਿਕਟ ਨੂੰ ਬਹੁਤ ਪਿਆਰ ਕੀਤਾ ਜਾਂਦਾ ਭਾਰਤ ਦੇ ਵਿੱਚ, ਅਤੇ ਜਿਹੜੇ ਬਾਹਰ ਵੀ ਕਿਤੇ ਵਿਦੇਸ਼ਾਂ 'ਚ ਵੀ ਭਾਰਤੀ ਬੈਠੇ ਆ ਉਹ ਵੀ ਸਾਰੇ ਬਹੁਤ ਪਿਆਰ ਕਰਦੇ ਆ, ਕਿਉਂਕਿ ਬਚਪਨ ਤੋਂ ਜਿਹੜੀ ਖੇਡ ਆਪਣੇ ਆਮ ਸ਼ਹਿਰਾਂ ਜਾਂ ਪਿੰਡਾਂ 'ਚ ਗਲੀਆਂ ਤੋਂ ਸ਼ੁਰੂ ਹੋ ਜਾਂਦੀ ਹੈ, ਹੈ ਨਾ, ਉਹ ਕ੍ਰਿਕਟ ਇੱਦਾਂ ਦੀ ਜਿਹੜੀ ਉਹ ਖੇਡ ਹੈ। ਅਤੇ ਜਦੋਂ ਪਿੱਛੇ ਅਸੀਂ ਆਸਟ੍ਰੇਲੀਆ ਤੋਂ ਫਾਈਨਲ ਹਾਰੇ ਸੀ ਤਾਂ ਬੜੀ ਮਾਯੂਸੀ ਸੀ ਸਾਰੇ ਭਾਰਤ ਦੇ ਲੋਕਾਂ ਦੇ ਵਿੱਚ, ਅਤੇ ਜਦੋਂ ਇੰਗਲੈਂਡ ਤੋਂ ਵੀ ਵਰਲਡ ਕੱਪ 'ਚ ਹਾਰੇ ਸੀ ਐਡਲੇਡ 'ਚ, ਉਦੋਂ ਵੀ ਬੜੀ ਮਾਯੂਸੀ ਸੀ। ਅਤੇ ਮੈਂ ਸਮਝਦਾ ਕਿ ਇੱਕ ਤਾਂ ਦੋਨੇ ਦੇਸ਼ਾਂ ਤੋਂ ਕਹਿ ਲਓ ਵੀ ਇਹਨਾਂ ਨੇ ਉਹਨਾਂ ਨੂੰ ਹਰਾ ਕੇ, ਵੈਸੇ ਤਾਂ ਚਲੋ ਇਹਨੂੰ ਖੇਡ ਭਾਵਨਾ ਦੇ ਨਾਲ ਹੀ ਦੇਖਣਾ ਚਾਹੀਦਾ, ਪਰ ਇਹ ਹੈ ਵੀ ਪਾਕਿਸਤਾਨ ਨੂੰ ਵੀ ਰਿਹਾ, ਪਾਕਿਸਤਾਨ ਨੂੰ ਹਰਾਉਣਾ ਮਤਲਬ ਕਿ ਵਰਲਡ ਕੱਪ ਜਿੱਤ ਲਿਆ, ਪਾਕਿਸਤਾਨ ਨੂੰ ਵੀ ਰਿਹਾ, ਪਰ ਇਹਦੇ ਨਾਲ ਸਾਰੇ ਦੇਸ਼ ਦੇ ਜਿਹੜੇ ਲੋਕ ਹੈ, ਜਿਹੜੇ ਦਰਸ਼ਕ ਹੈ, ਉਹਨਾਂ ਦੇ ਵਿੱਚ ਬੜੀ ਖੁਸ਼ੀ ਹੈ। ਅਤੇ ਰਾਤ ਵੀ ਮੈਂ ਸਾਰਾ ਜਿਹੜਾ ਮੁਕਾਬਲਾ ਦੇਖ ਕੇ ਸੁੱਤਾ, ਕਿਉਂਕਿ ਮੈਂ ਖੁਦ ਕ੍ਰਿਕਟ ਪ੍ਰੇਮੀ ਹਾਂ, ਬਾਰਿਸ਼ ਵੀ ਹੁੰਦੀ ਰਹੀ ਵਿੱਚ, ਫਿਰ ਮੈਚ ਜਿਹੜਾ ਉਹ ਰੁਕ ਗਿਆ ਸੀ 8 ਓਵਰ ਤੋਂ ਬਾਅਦ ਇੰਡੀਆ ਦੀ ਬੈਟਿੰਗ, ਪਰ ਬਹੁਤ ਅੱਛੀ ਖੇਡ ਦਾ ਪ੍ਰਦਰਸ਼ਨ ਜਿਹੜੇ ਭਾਰਤੀ ਖਿਡਾਰੀ ਉਹਨਾਂ ਨੇ ਕੀਤਾ, ਚਾਹੇ ਬੋਲਿੰਗ 'ਚ ਹੋਵੇ, ਅਕਸ਼ਰ ਪਟੇਲ ਹੋਣ, ਕੁਲਦੀਪ ਹੋਣ, ਆਪਣੇ ਅਰਸ਼ਦੀਪ ਹੋਣ, ਸਾਰਿਆਂ ਨੇ ਬੜੀ ਅੱਛੀ ਬੋਲਿੰਗ ਵੀ ਕੀਤੀ, ਅਤੇ ਰੋਹਿਤ ਨੇ, ਸੂਰਿਆ ਕੁਮਾਰ ਯਾਦਵ ਨੇ, ਸਾਰਿਆਂ ਨੇ ਬੜੀ ਅੱਛੀ ਬੈਟਿੰਗ ਵੀ ਜਿਹੜੀ ਆ ਕੀਤੀ। ਅਤੇ ਸਾਨੂੰ ਹੁਣ ਪੂਰੀ ਉਮੀਦ ਹੈ ਕਿ ਫਾਈਨਲ ਦੇ ਵਿੱਚ ਭਾਰਤ ਜਿਹੜਾ ਸਾਊਥ ਅਫਰੀਕਾ ਦੇ ਅਗੇਂਸਟ ਜਿਹੜੀ ਵੱਡੀ ਜਿੱਤ ਹੈ ਉਹ ਦਰਜ ਕਰੂਗਾ, ਅਤੇ ਵਰਲਡ ਕੱਪ ਜਿਹੜਾ ਉਹ ਭਾਰਤ ਹੈ ਜਿਹੜਾ ਉਹ ਲੈ ਕੇ ਆਊਗਾ। ਸੋ ਮੈਂ ਸਾਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਾ ਕਿ ਚੰਗੀ ਖੇਡ ਦਾ ਜਿਹੜਾ ਪ੍ਰਦਰਸ਼ਨ ਕਰਨ ਅਤੇ ਭਾਰਤੀਆਂ ਦੀ ਵਰਲਡ ਕੱਪ ਜਿਹੜਾ ਉਹ ਲੈ ਕੇ ਆਉਣ। ਮਹਿੰਦਰ ਸਿੰਘ ਧੋਨੀ ਤੋਂ ਬਾਅਦ ਕਈ ਵਾਰ ਫਾਈਨਲ ਤੱਕ ਪਹੁੰਚੇ, ਸੈਮੀ ਫਾਈਨਲ ਤੱਕ ਪਹੁੰਚੇ, ਲੇਕਿਨ ਉਹ ਸੋਕਾ ਪਿਆ ਹੋਇਆ ਵਾ 2011 ਤੋਂ ਬਾਅਦ ਦਾ। ਇਸ ਵਾਰ ਲੱਗਦਾ ਹੈ ਕਿਉਂਕਿ ਜਿਹੜਾ ਅੱਖਾਂ 'ਚ ਹੰਝੂ ਫਾਈਨਲ 'ਚ ਹਾਰੇ ਸੀਗੇ ਆਸਟ੍ਰੇਲੀਆ ਦੇ ਖਿਲਾਫ, ਰੋਹਿਤ ਸ਼ਰਮਾ, ਉਹ ਕੱਲ੍ਹ ਵੀ ਉਹਨਾਂ ਦੇ ਅੱਖਾਂ 'ਚ ਹੰਝੂ ਸੀਗੇ, ਲੇਕਿਨ ਉਹ ਖੁਸ਼ੀ ਦੇ ਹੰਝੂ ਸੀਗੇ। ਦੇਖੋ ਕਿਉਂਕਿ ਨਾ ਜਿਹੜੇ ਭਾਰਤੀ ਨੇ ਇਹ ਇਮੋਸ਼ਨਲੀ ਜਿਹੜੇ ਸਾਰੇ ਕ੍ਰਿਕਟ ਦੇ ਨਾਲ ਬੜਾ ਜੁੜੇ ਹੋਏ ਆ, ਕਪਿਲ ਦੇਵ ਦੇ ਟਾਈਮ ਤੋਂ, ਸਚਿਨ ਦੇ ਟਾਈਮ ਤੋਂ, ਅਤੇ ਇਸੇ ਕਰਕੇ ਜਿਹੜੇ ਸਾਡੇ ਖਿਡਾਰੀ ਆ ਉਹਨਾਂ ਦੇ ਪ੍ਰੈਸ਼ਰ ਵੀ ਜਿਹੜਾ ਉਹ ਬਹੁਤ ਰਹਿੰਦਾ, ਕਿਉਂਕਿ ਇੰਨੇ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਠੇਸ ਪਹੁੰਚੀ ਹੈ ਕਿ ਜਦੋਂ ਹਾਰਦੇ ਆ। ਸੋ ਇਸੇ ਕਰਕੇ ਮੈਂ ਕਹੂੰਗਾ ਵੀ ਬਿਨਾਂ ਪ੍ਰੈਸ਼ਰ ਲਏ, ਕਿਉਂਕਿ ਖੇਡ ਨੂੰ ਖੇਡ ਦੀ ਤਰ੍ਹਾਂ ਜਿਹੜਾ ਲੈਣਾ ਚਾਹੀਦਾ, ਆਪਣੀ ਅੱਛੀ ਪਰਫੋਰਮੈਂਸ ਦੇਣ। ਅਤੇ ਮੈਨੂੰ ਪਤਾ ਵੀ ਜਿੰਨੀ ਕੁ ਵੈਸੇ ਆਪਣੀ ਟੀਮ ਦੀ ਕੈਪੇਬਿਲਿਟੀ ਹੈ, ਜੇ 1-on-1 ਪਲੇਅਰ ਵੀ ਦੇਖਣਾ ਹੋਵੇ ਤਾਂ ਕੋਈ ਕੰਪੈਰੀਜ਼ਨ ਨਹੀਂ ਸਾਊਥ ਅਫਰੀਕਾ ਦੇ ਨਾਲ, ਸਿਰਫ ਸਾਡੀ ਟੀਮ ਪ੍ਰੈਸ਼ਰ 'ਚ ਆ ਕੇ ਨਾ ਖੇਡੇ, ਚੰਗੀ ਖੇਡ ਦਾ ਸਿਰਫ ਪ੍ਰਦਰਸ਼ਨ ਕਰੇ, ਅਤੇ ਕੋਈ ਵਰਲਡ ਕੱਪ ਜਿੱਤਣ ਤੋਂ ਜਿਹੜਾ ਉਹ ਰੋਕ ਨਹੀਂ ਸਕਦਾ, ਕਿਉਂਕਿ ਏਡੇ ਏਡੇ ਖਿਡਾਰੀ। ਰੋਹਿਤ ਸ਼ਰਮਾ ਆਪਣੀ, ਮੈਨੂੰ ਲੱਗਦਾ ਕਿ ਪੂਰੀ ਜ਼ਿੰਦਗੀ ਦੇ ਕਰੀਅਰ 'ਚ ਬੈਸਟ ਪਰਫਾਰਮੈਂਸ ਦੇ ਰਹੇ ਨੇ, ਮਤਲਬ ਅਰਸ਼ਦੀਪ ਜ਼ਬਰਦਸਤ ਖੇਲ ਰਹੇ ਨੇ, ਬੁਮਰਾਹ ਜ਼ਬਰਦਸਤ ਖੇਲ ਰਹੇ ਨੇ, ਲੇਕਿਨ ਵਿਰਾਟ ਕੋਹਲੀ ਓਪਨਿੰਗ ਕਰ ਰਹੇ ਨੇ, ਓਪਨਿੰਗ ਮੈਨੂੰ ਲੱਗਦਾ ਵਨ ਡਾਊਨ ਤੁਹਾਨੂੰ ਆਉਣਾ ਚਾਹੀਦਾ, ਜਾਂ ਤੁਹਾਨੂੰ ਲੱਗਦਾ ਕਿ ਵਿਰਾਟ ਕੋਹਲੀ ਨੂੰ ਓਪਨ ਹੀ ਕਰਨਾ ਚਾਹੀਦਾ? ਸ਼ੁਰੂ ਤੋਂ ਲੱਗ ਰਿਹਾ ਵਰਲਡ ਕੱਪ 'ਚ ਕਿ ਕੋਹਲੀ ਨੂੰ ਵਨ ਡਾਊਨ ਹੀ ਆਉਣਾ ਚਾਹੀਦਾ। ਉਹ ਪਤਾ ਨਹੀਂ, ਚਲੋ ਆਪਣੇ ਨਾਲ ਤਾਂ ਹੁਣ ਜ਼ਿਆਦਾ ਉਹ ਕਹਿ ਲਓ ਵੀ ਪ੍ਰੋਫੈਸ਼ਨਲ ਖਿਡਾਰੀ ਆ, ਇਹਨਾਂ ਨੂੰ ਜ਼ਿਆਦਾ ਪਤਾ ਹੋਣਾ। ਕਈ ਵਾਰ ਲੱਕੀ ਨੰਬਰ ਵੀ ਹੁੰਦਾ ਨਾ ਵਨ ਡਾਊਨ, ਕਈ ਵਾਰ ਲੱਕੀ ਨੰਬਰ ਹੁੰਦਾ। ਸਾਨੂੰ ਜਦੋਂ ਅਸੀਂ ਟੀਵੀ 'ਤੇ ਦੇਖਦੇ ਹਾਂ ਸਾਨੂੰ ਇਹ ਲੱਗਦਾ ਵੀ, ਕਿਉਂਕਿ ਇੰਨੇ ਟਾਈਮ ਤੋਂ ਦੇਖਦੇ ਉਹਨਾਂ ਵੀ ਕੋਹਲੀ ਵਨ ਡਾਊਨ ਆਉਂਦੇ ਆ ਅਤੇ ਵਨ ਡਾਊਨ ਜਾ ਕੇ ਪਰਫੋਰਮ ਵੀ ਕਰਦੇ ਆ, ਅਤੇ ਸਾਨੂੰ ਲੱਗਦਾ ਵੀ ਹੁਣ ਵੀ ਚਲੋ ਬਾਕੀ ਦਾ ਸਟ੍ਰੈਟਜੀ ਟੀਮ ਨੇ ਬਣਾਉਣੀ ਹੈ ਕਿ ਜੇ ਵਨ ਡਾਊਨ ਆਉਣ ਤਾਂ ਇਹ ਸਾਈਕੋਲੋਜੀਕਲੀ ਸਾਡੇ ਦਿਮਾਗ 'ਚ ਵੀ ਇਹ ਵਨ ਡਾਊਨ ਆ ਕੇ ਜ਼ਿਆਦਾ ਪਰਫੋਰਮ ਕਰ ਸਕਦੇ ਆ, ਤਾਂ ਹੋ ਸਕਦਾ ਕੋਹਲੀ ਦੇ ਉਹਨਾਂ ਦੇ ਵੀ ਦਿਮਾਗ ਦੇ ਵਿੱਚ ਹੋਵੇ। ਅਤੇ ਜੈਸਵਾਲ ਨੂੰ ਲੱਗਦਾ ਕਿ ਵਨ ਡਾਊਨ ਆਉਣਾ ਚਾਹੀਦਾ?
ਮੈਨੂੰ ਲੱਗਦਾ ਕਿ ਵਨ ਡਾਊਨ ਆਉਣਾ ਚਾਹੀਦਾ ਕਿਉਂਕਿ ਓਪਨਰ ਇੰਨੇ ਵਾਰ ਆ ਕੇ ਉਹਨਾਂ ਨੇ ਦੇਖ ਲਿਆ ਤੇ ਪਰਫਾਰਮ ਕਰਨੀ ਪਾ। ਪਲੇਇੰਗ 11 ਸੇਮ ਹੋਣੀ ਚਾਹੀਦੀ ਹੈ ਜਾਂ ਸ਼ਿਵਮ ਦੁਬੇ ਦੀ ਬਜਾਏ ਜੈਸਵਾਲ ਦੀ ਐਂਟਰੀ ਹੋਣੀ ਚਾਹੀਦੀ ਹੈ? ਇਹ ਲੱਗਦਾ ਕਿ ਜੈਸਵਾਲ ਓਪਨਿੰਗ ਕਰੇ, ਸ਼ਿਵਮ ਦੁਬੇ ਨੂੰ ਰੈਸਟ ਕਰਵਾਈ ਜਾ ਸਕਦੀ ਹੈ ਤੇ ਕੋਹਲੀ ਵਨ ਡਾਊਨ ਤੇ ਬਾਕੀ ਆਰਡਰ ਨਿਚਣ ਚੇਂਜ ਹੋ ਜਾਏ। ਅੱਛਾ, ਲਾਸਟ ਸਵਾਲ ਹੈ, ਫਾਈਨਲ 'ਚ ਕੀ ਲੱਗਦਾ ਤਰੂਪ ਦਾ ਇੱਕਾ ਕੌਣ ਹੋਏਗਾ ਫਾਈਨਲ 'ਚ? ਤੁਹਾਡਾ ਦਾਅ ਕਹਿੰਦੇ ਤੇ ਹੋਏਗਾ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਅਰਸ਼ਦੀਪ ਜਾਂ ਬੁਮਰਾਹ, ਕੌਣ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਇਹ ਫੇਵਰਿਟ ਖਿਡਾਰੀ? ਦੇਖੋ, ਟੀਮ ਸਾਰਿਆਂ ਦੇ ਨਾਲ ਮਿਲ ਕੇ ਜਿਹੜੀ ਬੈਲੈਂਸ ਹੁੰਦੀ ਹੈ, ਲੇਕਿਨ ਆਪਣਾ ਹੁੰਦਾ ਕਿ ਯਾਰ ਅੱਜ ਆ ਚੱਲ ਜੇ, ਜਿਵੇਂ ਹਰ ਕੋਈ ਕਹਿ ਰਿਹਾ ਕਿ ਫਾਈਨਲ 'ਚ ਵਿਰਾਟ ਕੋਹਲੀ ਨੂੰ ਚੱਲਣਾ ਚਾਹੀਦਾ। ਨਹੀਂ, ਮੈਨੂੰ ਇਹ ਹੈ, ਚਲੋ ਜੇ ਇੱਕ ਪਲੇਅਰ ਚੂਜ਼ ਕਰਨਾ ਤਾਂ ਰੋਹਿਤ ਸ਼ਰਮਾ, ਇੰਨੀ ਜਦੋਂ ਚੱਲਦੇ ਆ, ਇੰਨੀ ਤੇਜ਼ ਖੇਡਦੇ ਆ ਤਾਂ ਜਿਹੜਾ ਉਹ ਬਾਲਸ ਤੇ ਰਨਾਂ ਦੇ ਵਿੱਚ ਫਾਸਲਾ ਜਿੰਨਾ ਪਾ ਦਿੰਦੇ ਆ, ਉਹ ਕੋਈ ਹੋਰ ਖਿਡਾਰੀ ਕਵਰ ਕਰ ਹੀ ਨਹੀਂ ਸਕਦਾ। ਫੇਵਰੇਟ ਪਲੇਅਰ ਰੋਹਿਤ ਸ਼ਰਮਾ।